ਸਾਰੇ ਫੰਕਸ਼ਨ ਦੀਆਂ ਫੋਰਮਾਂ ਹੋ ਰਹੀਆਂ ਸੀਗੇ, ਸ਼ਗਨ ਦੀ ਰਸਮਾਂ ਹੋ ਰਹੀਆਂ ਸੀ। ਉਸ ਵੇਲੇ ਦੋ ਅਰਬ ਛਾਪੇ ਬੰਦੇ ਆਪਣੇ ਬੈਕਗਰਾਊਂਡ 'ਤੇ ਆਉਂਦੇ ਨੇ, ਜੈਕਟ ਲਾ ਕੇ ਮਾਤਾ ਜੀ ਦਾ ਪਰਚੇ ਦੇ ਵਿੱਚ ਸਾਰਾ ਕੀ ਆਲਮੋਸਟ 4.5 ਲੱਖ ਤੋਂ 5 ਲੱਖ ਦੀ ਕੈਸ਼ ਅਮਾਊਂਟ ਸੀਗੀ। ਤੋ ਸ਼ਗਨ ਦੇ ਵਿੱਚ ਜਿਹੜਾ ਆਪਣਾ ਸ਼ਗਨ ਮਿਲਿਆ ਉਹ ਪਲੱਸ ਗੋਲਡ, ਉਹ ਸਾਰਾ ਉਹ ਬੈਗ ਦੇ ਵਿੱਚ ਪਾ ਕੇ ਮੁੰਡੇ 'ਤੇ ਰੱਖ ਕੇ ਅਤੇ ਉੱਪਰ ਜੈਕਟ ਪਾ ਕੇ ਵਿਦ ਇਨ 2 ਮਿੰਟਸ ਉੱਥੋਂ ਨਿਕਲ ਜਾਂਦੇ, ਜਿਹਦੇ ਵਿੱਚ ਮੇਰੀ ਮੰਮੀ ਦਾ ਵੀ ਫੋਨ ਸੀ। ਬੰਦਾ ਸੇਫ ਕਿੱਥੇ ਆ ਕਿ ਉੱਥੇ 10 ਕੈਮਰਿਆਂ ਦੇ ਵਿੱਚ ਕੋਈ ਸ਼ਰੇਆਮ ਆ ਕੇ ਆਪਣਾ ਇੰਨੀ ਵੱਡੀ ਵਾਰਦਾਤ ਕਰ ਰਿਹਾ ਤੇ ਬੰਦਾ ਜਾਵੇ ਤਾਂ ਜਾਵੇ ਫਿਰ ਕਿੱਥੇ। ਫਗਵਾੜਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਇੱਕ ਨਿੱਜੀ ਰਿਸੋਰਟ ਵਿੱਚ ਚੱਲ ਰਹੀ ਵਿਆਹ ਦੀ ਪਾਰਟੀ ਦੌਰਾਨ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੀਪਕ ਨੇ ਦੱਸਿਆ ਕਿ ਉਸਦੇ ਵਿਆਹ ਦੀ ਰਿਸੈਪਸ਼ਨ ਦੌਰਾਨ 2 ਅਣਪਛਾਤੇ ਨੌਜਵਾਨ ਪੈਲਸ ਵਿੱਚ ਦਾਖਲ ਹੋਏ ਅਤੇ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਗਨ ਪਾ ਰਹੇ ਸਨ ਤਾਂ ਸ਼ਾਤਰ ਚੋਰ ਵੱਲੋਂ ਉਸਦੀ ਮਾਤਾ ਦਾ ਪਰਸ ਬੜੀ ਹੀ ਹੁਸ਼ਿਆਰੀ ਨਾਲ ਚੋਰੀ ਕੀਤਾ ਅਤੇ ਆਰਾਮ ਨਾਲ ਉੱਥੋਂ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਪਰਸ ਵਿੱਚ ਨਕਦੀ ਅਤੇ ਗਹਿਣੇ ਅਤੇ ਸ਼ਗਨ ਦੇ ਰੁਪਏ ਸਨ, ਜਿਸ ਕਾਰਨ ਉਹਨਾਂ ਦਾ 9 ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸ਼ਾਤਰ ਚੋਰ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਦੀ ਸਾਰੀ ਵੀਡੀਓ ਨਜ਼ਦੀਕ ਲੱਗੇ ਕੈਮਰੇ ਵਿੱਚ ਕੈਦ ਹੋ ਗਈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਸ਼ਾਤਰ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦੀ ਉਹ CCTV ਕੈਮਰੇ ਵਿੱਚ ਕੈਦ ਹੋਈ ਵੀਡੀਓ। ਪਰਿਵਾਰਕ ਮੈਂਬਰਾਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਹਾਂਜੀ ਸਰ, ਕੀ ਨਾਮ ਆਪਣਾ? ਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦੀਪਕ ਕੁਮਾਰ ਝਾ ਆਇਆ ਜੀ। ਇਹ ਮੇਰੀ ਮੰਮੀ ਜੀ ਨੇ ਅਤੇ ਸਾਡੇ ਗੁਆਂਢੀ ਨੇ ਨੇਬਰ। ਸਰ ਮਾਮਲਾ ਕੀ ਹੈ ਜਿਹੜਾ? ਅਤੇ ਮਾਮਲਾ ਇਹ ਆ ਜੀ, ਕੱਲ੍ਹ ਸਰ ਮੇਰੀ ਸੀਗੀ ਵਿਆਹ ਦੀ ਰਿਸੈਪਸ਼ਨ, ਹੈ ਨਾ, ਆਪਣੀ ਰਿਸੈਪਸ਼ਨ ਸੀਗੀ ਮਾਰਬਲ ਰਿਜ਼ੋਰਟ ਬੰਕਾ ਰੋਡ ਫਗਵਾੜਾ। ਅਤੇ ਅਰਾਊਂਡ 3:50 'ਤੇ ਜਦੋਂ ਸਾਰੇ ਫੰਕਸ਼ਨ ਦੀਆਂ ਫੋਟੋਆਂ ਹੋ ਰਹੀਆਂ ਸੀਗੀਆਂ, ਸ਼ਗਨ ਦੀ ਰਸਮਾਂ ਹੋ ਰਹੀਆਂ ਸੀ, ਉਸ ਵੇਲੇ 2 ਅਰਬ ਛਾਤੇ ਬੰਦੇ ਆਪਣੇ ਬੈਕਗਰਾਊਂਡ 'ਤੇ ਆਉਂਦੇ ਨੇ, ਜੈਕਟ ਲਾ ਕੇ ਮਾਤਾ ਜੀ ਦਾ ਪਰਚੇ ਦੇ ਵਿੱਚ ਸਾਰਾ ਕੀ ਆਲਮੋਸਟ 4.5 ਲੱਖ ਤੋਂ 5 ਲੱਖ ਦੀ ਕੈਸ਼ ਅਮਾਊਂਟ ਸੀਗੀ। ਤੋ ਸ਼ਗਨ ਦੇ ਵਿੱਚ ਜਿਹੜਾ ਆਪਣਾ ਸ਼ਗਨ ਮਿਲਿਆ ਉਹ ਪਲੱਸ ਗੋਲਡ, ਉਹ ਸਾਰਾ ਉਹ ਬੈਗ ਦੇ ਵਿੱਚ ਪਾ ਕੇ ਮੁੰਡੇ 'ਤੇ ਰੱਖ ਕੇ ਅਤੇ ਉੱਪਰ ਜੈਕਟ ਪਾ ਕੇ ਵਿਦ ਇਨ 2 ਮਿੰਟਸ ਉੱਥੋਂ ਨਿਕਲ ਜਾਂਦੇ, ਜਿਹਦੇ ਵਿੱਚ ਮੇਰੀ ਮੰਮੀ ਦਾ ਵੀ ਫੋਨ ਸੀ। ਅਤੇ ਉੱਥੇ ਆਫਟਰ 2 ਆਵਰ 2 ਘੰਟੇ ਬੈਸਣ ਤੋਂ ਬਾਅਦ ਉੱਥੇ SHO ਸਾਹਿਬ ਆਉਂਦੇ ਨੇ, ਸਾਰੀ ਦਰਖਾਸਤ ਦਿੱਤੀ ਜਾਂਦੀ ਹੈ, ਪਰ ਅੱਜ ਦੇਖ ਲਓ ਆਲਮੋਸਟ 24 ਘੰਟੇ ਹੋ ਗਏ, ਸਾਨੂੰ ਕੋਈ ਅਪਡੇਟ ਨਹੀਂ ਮਿਲੀ। ਸਰ ਕੋਈ CCTV ਕੈਮਰੇ ਆਇਆ ਹੋਵੇ? ਉੱਥੇ CCTV ਕੈਮਰੇ ਵਿੱਚ ਵੀ 2 ਬੰਦੇ ਆਏ ਨੇ, ਜੋ ਕਿ SHO ਸਾਹਿਬ ਪੈਨ ਡਰਾਈਵ 'ਚ ਪਾ ਕੇ ਵੀ ਲੈ ਗਏ ਨੇ, ਅਤੇ ਸਾਡੇ ਤੋਂ ਫੋਟੋਜ਼ ਵੀ ਆ ਜੋ ਅਸੀਂ ਮੀਡੀਆ ਨੂੰ ਆਲਮੋਸਟ ਦੇ ਦਿੱਤੀਆਂ ਨੇ। ਸੋ ਅਸੀਂ ਹੋਪ ਕਰਦੇ ਹਾਂ ਕਿ ਸਾਨੂੰ ਕਿਤੇ ਲੈ ਕੇ ਜਾਇਆ ਜਾਵੇ, ਕੁਛ ਸਾਡੀ ਕੋਈ ਕਾਰਵਾਈ ਕੀਤੀ ਜਾਵੇ, ਮਦਦ ਕੀਤੀ ਜਾਵੇ। ਸੋ ਇਹ ਸਾਡੀ ਰਿਕੁਐਸਟ ਹੈ। ਸਰ ਨੁਕਸਾਨ ਕਿੰਨਾ ਹੋ ਗਿਆ ਆਪਣਾ ਲਗਭਗ? ਆਲਮੋਸਟ ਭਾਈ 9 ਤੋਂ 10 ਲੱਖ ਦਾ। ਅਤੇ ਗੋਲਡ ਕਿੰਨਾ ਕੁ ਸੀਗਾ? ਮਤਲਬ 4-5 ਲੱਖ ਦਾ ਕੈਸ਼ ਸੀਗਾ ਅਤੇ 2-3 ਲੱਖ ਦਾ ਗੋਲਡ ਸੀਗਾ। 2-3 ਲੱਖ ਦਾ ਗੋਲਡ ਸੀਗਾ, ਵਿੱਚ ਸ਼ਗਨ ਵੀ ਸੀ, ਜੋ ਕਿ ਐਸਟੀਮੇਟਿਡ ਅਮਾਊਂਟ 1.5 ਲੱਖ। ਸਰ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਹਾਂ? ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ 2 ਮਿੰਟ ਦੇ ਵਿੱਚ ਐਡੇ ਲੋਕਾਂ ਦੇ ਵਿੱਚ ਜੋ ਸ਼ਰੇਆਮ ਹੋ ਰਹੇ ਆ ਅਤੇ ਬੰਦਾ ਸੇਫ ਕਿੱਥੇ ਆ, ਕਿ ਉੱਥੇ 10 ਕੈਮਰਿਆਂ ਦੇ ਵਿੱਚ ਕੋਈ ਸ਼ਰੇਆਮ ਆ ਕੇ ਆਪਣਾ ਇੰਨੀ ਵੱਡੀ ਵਾਰਦਾਤ ਕਰ ਰਿਹਾ ਅਤੇ ਬੰਦਾ ਜਾਵੇ ਤਾਂ ਜਾਵੇ ਫਿਰ ਕਿੱਥੇ? ਅਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਸਾਡੇ ਚੀਜ਼ ਗੁੰਮ ਹੋ ਗਈ? ਜਿੱਦੇ ਕੈਮਰੇ ਮੈਂ ਤਾਂ ਫੋਟੋ ਮੈਂ ਖਿੱਚ ਕੇ ਮੰਮੀ ਪਿੱਛੇ ਟਰਨ ਕਰਦੇ ਆ ਵਿਦ ਇਨ 2 ਮਿੰਟਸ ਉੱਥੇ, ਪਰ ਸਹੀ ਨਹੀਂ, ਮੈਂ 2 ਮਿੰਟ ਵੈਸੇ ਜ਼ਿਆਦਾ ਕਹਿ ਰਿਹਾ, 2 ਮਿੰਟ ਤਾਂ ਬੰਦਾ ਬਾਅਦ CCTV ਦਾ ਅਸੀਂ ਦੇਖਿਆ ਆ, 2 ਮਿੰਟ 'ਚ ਤਾਂ ਬੰਦਾ ਪਹਿਲਾਂ ਤੋਂ ਵੀ ਬਾਹਰ ਚਲੇ ਗਿਆ। ਅਤੇ ਜਿਹੜਾ ਵਿਅਕਤੀ ਆਇਆ ਸੀਗਾ ਉਹ ਮਤਲਬ ਕਿ ਸਟੇਜ ਦੇ ਉੱਪਰ ਆਇਆ ਸੀਗਾ? ਹਾਂਜੀ, ਸਟੇਜ ਦੇ ਉੱਪਰ ਆਇਆ ਸੀ। ਤੁਸੀਂ ਇਹ ਦੇਖੋ ਕਿ ਉਹਨਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਨੇ ਕਿ ਅਗਲਾ ਸਭ ਤੋਂ ਪਹਿਲੇ ਸੋਫੇ 'ਤੇ ਬਹਿ ਕੇ ਸਟੇਜ ਦੇ ਉੱਪਰ ਜਾ ਕੇ ਚੱਕ ਲੈ ਕੇ ਜਾ ਰਿਹਾ।